ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੁਆਰਾ ਜੋ ਕੱਲ੍ਹ ਫੈਸਲਾ ਲਿਆ ਗਿਆ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ, ਉਹ ਸਭ ਤਾਂ ਆਪਾਂ ਜਾਣਦੇ ਹਾਂ। ਪਰ ਉਸ ਤੋਂ ਬਾਅਦ ਅੱਜ ਸੀਐਮ ਭਗਵੰਤ ਮਾਨ ਦੁਆਰਾ ਜਥੇਦਾਰਾਂ ਨੂੰ ਵੀ ਕੀ ਕੁਝ ਕਹਿ ਦਿੱਤਾ ਗਿਆ ਉਸ ਬਾਰੇ ਜਾਣਦੇ ਹਾਂ। ਜਦੋਂ ਜਥੇਦਾਰਾਂ ਦੁਆਰਾ ਇਹ ਕਿਹਾ ਗਿਆ ਸੀ ਕਿ 24 ਘੰਟੇ ਦੇ ਵਿੱਚ ਸਿੰਘਾਂ ਨੂੰ ਛੱਡ ਦਿੱਤਾ ਜਾਵੇ, ਨਹੀਂ ਤਾਂ ਅਸੀਂ ਬਹੀਰ ਲੈ ਕੇ ਜਾਵਾਂਗੇ, ਕੁਛ ਵੀ ਕਾਰਵਾਈ ਹੋ ਸਕਦੀ ਹੈ, ਤਾਂ ਸੀਐਮ ਨੇ ਆਖਿਆ ਕਿ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਕਦੇ ਭੰਗ ਨਹੀਂ ਹੋਣ ਦੇਵਾਂਗੇ, ਪਹਿਲਾਂ ਵੀ ਨਹੀਂ ਹੋਣ ਦਿੱਤੀ ਹੈ। ਇਸ ਦੇ ਨਾਲ ਭਗਵੰਤ ਮਾਨ ਨੇ ਆਖਿਆ ਕਿ ਜੇਕਰ ਅਸੀਂ DJP ਨੂੰ ਵੀ ਆਖ ਚੁੱਕੇ ਹਾਂ ਕਿ ਜੋ ਨਿਰਦੋਸ਼ ਫੜੇ ਜਾ ਚੁੱਕੇ ਨੇ ਉਹਨਾਂ ਸਿੱਖਾਂ ਨੂੰ ਛੱਡ ਦਿੱਤਾ ਜਾਵੇ, ਇਸ ਤੋਂ ਇਲਾਵਾ ਅਸੀਂ ਕੋਈ ਆਪਰੇਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਕੰਮ ਕੀਤਾ ਹੈ, ਸਾਰਾ ਕਾਨੂੰਨ ਦੇ ਵਿੱਚ ਕੰਮ ਚੱਲ ਰਿਹਾ ਹੈ। ਭਗਵੰਤ ਮਾਨ ਦੀ ਇਸ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ ਕਿ ਉਹਨਾਂ ਨੇ ਵੀ ਕੋਈ ਕਾਨੂੰਨ ਨਹੀਂ ਤੋੜਿਆ ਹੈ, ਤਾਂ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਇਸੇ ਤਰ੍ਹਾਂ ਦੀ ਹੋਰ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਗੇ ਦੇਣੇ ਆਪਾਂ ਉਹ ਵੀਡੀਓ ਜਿਸ ਵਿੱਚ ਸੀਐਮ ਬੋਲਦੇ ਦਿਖਾਈ ਦਿੰਦੇ ਨੇ। ਨਾ ਕੋਈ ਇਦਾਂ ਦੀ ਕੋਈ ਲੀਕੇਜ ਜਾਂ ਕੋਈ ਪਹਿਲਾਂ ਪਲਾਨ ਕਰ ਲਿਆ ਜਾਂ ਕੋਈ ਆਪਰੇਸ਼ਨ ਕਰਨਾ, ਅਸੀਂ ਕੋਈ ਆਪਰੇਸ਼ਨ ਨਹੀਂ ਕਰ ਰਹੇ। ਬਲਕਿ ਮੈਂ ਜਿਹੜੇ DGP ਸਾਹਿਬ ਨੂੰ ਇਹ ਕਿਹਾ, ADGP ਸਿਕਿਉਰਿਟੀ ਨੂੰ ਵੀ ਕਿਹਾ ਕਿ ਜਿਹੜੇ ਵੈਸੇ ਪ੍ਰਿਕੋਸ਼ਨਰੀ ਜਿਹੜੇ ਸਟੈਪ ਚੁੱਕ ਕੇ ਗ੍ਰਿਫਤਾਰ ਕਰ ਲਏ ਗਏ ਨੇ, ਪਰ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਕਿਸੇ ਐਕਟੀਵਿਟੀ 'ਚ, ਕੋਈ ਐਂਟੀ ਸੋਸ਼ਲ ਐਕਟੀਵਿਟੀ ਜਾਂ ਐਂਟੀ ਕੰਟਰੀ ਐਕਟੀਵਿਟੀ, ਤਾਂ ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ ਅਤੇ ਅਸੀਂ